ਅੱਜ ਬਿਆਸ ਦੇ ਵਿੱਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਡੇਰਾ ਬਿਆਸ ਦੇ ਪ੍ਰੇਮੀਆਂ ਦੇ ਵੱਲੋਂ ਨਿਹੰਗ ਸਿੰਘਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਨਿਹੰਗ ਸਿੰਘ ਬਾਬਾ ਪਾਲਾ ਸਿੰਘ ਜੀ ਦੇ ਜਥੇ ਦੇ ਸਿੰਘ ਅੱਜ ਗਾਵਾਂ ਨੂੰ ਚਰਾ ਰਹੇ ਸਨ ਅਤੇ ਉਹਨਾਂ ਨੂੰ ਲਗਾਤਾਰ ਡੇਰਾ ਪ੍ਰੇਮੀਆਂ ਦੇ ਵੱਲੋਂ ਰੋਕਿਆ ਜਾ ਰਿਹਾ ਸੀ। ਡੇਰਾ ਪ੍ਰੇਮੀਆਂ ਦੇ ਵੱਲੋਂ ਡੇਰੇ ਵਾਲੇ ਪਾਸੇ ਗਾਵਾਂ ਚਰਾਉਣ ਤੋਂ ਨਿਹੰਗ ਸਿੰਘਾਂ ਨੂੰ ਲਗਾਤਾਰ ਰੋਕਿਆ ਜਾ ਰਿਹਾ ਸੀ। ਪਰ ਆਜਾ ਜਦੋਂ ਨਿਹੰਗ ਸਿੰਘ ਗਾਵਾਂ ਚਰਾ ਰਹੇ ਸਨ ਤਾਂ ਡੇਰਾ ਪ੍ਰੇਮੀਆਂ ਦੇ ਵੱਲੋਂ ਉਹਨਾਂ ਉੱਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਕਿ ਇੱਕ ਨਿਹੰਗ ਸਿੰਘ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਜ਼ਖਮੀ ਹੋ ਗਏ ਬਾਬਾ ਪਾਲਾ ਸਿੰਘ ਜੀ ਜੋ ਕਿ ਗਾਵਾਂ ਦੇ ਰਖਵਾਲੇ ਦੇ ਰੂਪ ਦੇ ਵਿੱਚ ਜਾਣੇ ਜਾਂਦੇ ਨੇ ਅਤੇ ਇੱਕ ਬੜੀ ਪਵਿੱਤਰ ਰੂਹ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਾਵਾਂ ਨੂੰ ਚਰਾਇਆ ਅਕਸਰ ਤੁਸੀਂ ਉਹ ਵੀਡੀਓ ਦੇਖਦੇ ਹੋਮੋਗੇ ਜਿਨ੍ਹਾਂ ਦੇ ਵਿੱਚ ਗਾਵਾਂ ਉਹਨਾਂ ਦੇ ਪਿੱਛੇ-ਪਿੱਛੇ ਤੁਰਦੀਆਂ ਰਹਿੰਦੀਆਂ ਨੇ ਉਹ ਆਵਾਰਾ ਪਸ਼ੂਆਂ ਨੂੰ ਸਾਹਮਦੇ ਰਹੇ ਨੇ ਅਤੇ ਹੁਣ ਇਹ ਕੰਮ ਉਹਨਾਂ ਦੇ ਇਸ ਸੰਸਾਰ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਜੱਥੇ ਦੇ ਸਿੰਘਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਇਸੇ ਸਬੰਧ ਦੇ ਵਿੱਚ ਜਦੋਂ ਅੱਜ ਨਿਹੰਗ ਸਿੰਘਾਂ ਦੇ ਵੱਲੋਂ ਬਾਬਾ ਪਾਲਾ ਸਿੰਘ ਜੀ ਜਥੇ ਦੇ ਨਿਹੰਗ ਸਿੰਘਾਂ ਦੇ ਵੱਲੋਂ ਅੱਜ ਜਦੋਂ ਗਾਮਾਂ ਚਰਾਈਆਂ ਜਾ ਰਹੀਆਂ ਸਨ ਤਾਂ ਡੇਰਾ ਬਿਆਸ ਦੇ ਪ੍ਰੇਮੀਆਂ ਦੇ ਵੱਲੋਂ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਡੇਰਾ ਬਿਆਸ ਦੇ ਪ੍ਰੇਮੀਆਂ ਦੇ ਵੱਲੋਂ ਹਵਾਈ ਫਾਇਰ ਵੀ ਕੀਤੇ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਕਈ ਗੋਲੀਆਂ ਨੇ ਜਿਹੜੀਆਂ ਕਈ ਫਾਇਰ ਕੀਤੇ ਗਏ ਤੇ ਇਹ ਗੋਲੀਆਂ ਨਿਹੰਗ ਸਿੰਘਾਂ ਦੇ ਵੀ ਲੱਗੀਆਂ ਜਿਸ ਦੇ ਵਿੱਚ ਕਿ ਇੱਕ ਨਿਹੰਗ ਸਿੰਘ ਦੀ ਮੌਤ ਹੋ ਗਈ ਅਤੇ ਕਈ ਨਿਹੰਗ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ